ਵੈਲਕਮ ਬਾਈ, ਕੀ ਹਾਲ ਹੈ? ਸਭ ਦਾ ਠੀਕ ਠਾਕ ਠੀਕ ਹੋ ਠਾਕ ਜੀ। ਜਨਾਬ? ਆ ਜਨਾਬ, ਇਹਨਾਂ ਦੇ ਤੁਹਾਡੇ ਤੋਂ ਕਬੂਤਰਾਂ ਸ਼ੋਅ ਕਰਾਉਂਦੇ ਹਾਂ, ਨਾਲੇ ਇਹਨਾਂ ਨੂੰ ਪੁੱਛਦੇ ਹਾਂ ਇਹਨਾਂ ਕੋਲ ਤੇ ਕਿੱਦਾਂ ਦੀ ਕੁਆਲਿਟੀਆਂ ਦੇ ਕਬੂਤਰ ਆ ਤੇ ਇਹਨਾਂ ਦੇ ਬਾਰੇ ਦੱਸਣਗੇ ਇਨਸ਼ਾਅੱਲਾ। ਤੇ ਜਨਾਬ ਦੱਸਿਓ ਜ਼ਰਾ। ਨਾ ਕਬੂਤਰ ਹੀ ਕਾਲ ਨੁਕਾ, ਇਹ ਅੱਛਾ, ਪਿਛਲੀਆਂ ਗਰਮੀਆਂ ਵਿੱਚ ਘੁੜਿਆ ਹੈ, ਸਹੀ ਸਹੀ, ਦੋ ਦੜੇ ਵਧਿਆ ਤੇ ਪੰਜ ਪੰਜ ਛੇ ਛੇ ਵਜੇ ਠੀਕ ਠੀਕ ਆ ਕਬੂਤਰ। ਤੇ ਹੁਣ ਐਤਕੀ ਨੂੰ ਮੈਂ ਕੱਟ ਲਿਆ ਗਾਂ ਦੀ ਨਸਲ ਬਣਾਉਣੀ ਬੱਚੇ ਬੱਚੇ ਕਢਾਉਣ ਵਾਸਤੇ। ਸਹੀ ਸਹੀ ਸਹੀ। ਇਹਨਾਂ ਦਾ ਮਾਂ ਪਿਓ ਵੀ ਮੇਰੇ ਕੋਲ, ਜਿਹੜਾ ਸੀ ਨਾ ਕਿਸੇ ਕੋਲ ਮੈਂ ਪੱਠੀ ਬੱਚਾ ਲਿਆਂਦਾ ਸੀ, ਹਾਂਜੀ ਹਾਂਜੀ, ਇਹਨਾਂ ਦਾ ਮਾਂ ਪਿਓ ਮੇਰੇ ਕੋਲ ਸੇਲ ਖਰੀਦਿਆ। ਹੁਣ ਮੈਂ ਠੀਕ ਠੀਕ 25,000 ਦਾ ਜੋੜਾ ਖਰੀਦੇ, ਤੇ ਤਿੰਨ ਸਹੀ ਜੋੜੇ ਸਹੀ ਖਰੀਦੇ 25,000 ਦੇ। ਠੀਕ ਠੀਕ। ਇਹਨਾਂ ਦਾ ਮਾਂ ਪਿਓ ਤੇ ਇਹਨਾਂ ਦੀ ਮਾਂ ਅੱਖ ਦਾ ਤੇ ਸ਼ੋਅ ਕਰਾਓ ਉਸਤਾਦ ਜੀ ਜ਼ਰਾ। ਖੱਟੀ ਅੱਖ ਦਾ ਕਬੂਤਰ ਆ, ਕੋੜਾ ਕਬੂਤਰ ਆ, ਕਾਲ ਨੁਕਾ ਹੈ। ਅੱਛਾ, ਇਹਦੇ ਪਰ ਥੋੜ੍ਹੇ ਖੋਲ ਕੇ ਚੈੱਕ ਕਰਾਓ, ਇੱਦਾਂ ਲੈਂਥ ਮਿੰਟ ਹਿੱਸਾ। ਠੀਕ, ਪੰਜਿਆਂ ਦਾ ਸ਼ੋਅ ਥੋੜ੍ਹਾ ਜਿਹਾ ਕਰਾ ਦਿਓ। ਕਾਲੇ ਪੰਜੇ, ਕਾਲੇ ਪੰਜੇ, ਕਾਲੇ ਪੰਜੇ। ਵਾਹ ਜੀ, ਤੁਹਾਨੂੰ ਇਹਦੇ ਨਾਲ ਦੀ ਹੁਣ ਮਾਦੀ ਦਿਖਾਉਣ ਜਾ ਰਹੇ ਹਾਂ ਜੀ। ਇਹਦੇ ਨਾਲ ਦੀ ਮਾਦੀ ਹੈ ਜਿਹੜੀ? ਹਾਂ, ਮਾਦੀ ਦੇ ਨਾਲ ਦੀ। ਅੱਛਾ ਜੀ, ਉਹਨੂੰ ਛੱਡੋ। ਇਹਦੇ ਪਿਓ ਦਾ ਨਾਂ ਚੀਤਾ ਆ, ਚੀਤਾ। ਇਹਦੇ ਪਿਓ ਦਾ ਨਾਂ ਚੀਤਾ ਆ, ਦੂਸਰੇ ਦੇ ਵਿੱਚ ਵਧਿਆ, ਦੂਸਰਾ ਵਿੱਚ ਵਧਿਆ ਹੋਇਆ। ਵਾਹ ਜੀ, ਆ ਜਿਹੜਾ ਇਹਦਾ ਪਿਓ, ਸਹੀ ਸਹੀ, ਉਹਦਾ ਵੀ ਲਗਾਤਾਰ, ਉਹਦਾ ਨਹੀਂ, ਉਹਦੀ ਮਾਂ ਗਈ ਆ, ਇਹਦਾ ਪਿਓ ਹੈ। ਇਹਦੀ ਮਾਂ ਗਈ ਤਿੰਨ, ਹਾਂ ਇਹਦਾ ਪਿਓ ਆ, 3-4 ਦਿਨ ਦੜੇ ਚੰਗੇ ਵਧਿਆ ਹੋਇਆ, ਐਡਾ ਮਿੱਠਾ ਕਬੂਤਰ ਜਿੱਥੇ ਮਾਰੀ ਛੱਡੋ ਲਈ ਆ ਗਏ। ਉੱਪਰ ਜਗਾਓ। ਹਾਂਜੀ, ਇਹ ਕਬੂਤਰੀ ਆ ਟੀਰੀ, ਕਾਲ ਚਿੱਟੀ ਨੋਕ ਦੀ। ਅੱਛਾ ਅੱਛਾ, ਟੀਰੀ ਟੀਰੀ ਕਬੂਤਰੀ, ਖੱਟੀ ਕਾਲੀ ਦੀ ਆ, ਪੰਜਾਬ ਰੈੱਡ। ਤੇ ਇਹਨਾਂ ਦੇ ਪਰ ਜ਼ਰਾ ਸੌਜੀ ਖੋਲ ਕੇ ਦਿਖਾਓ ਪੱਲਾ ਇਹਦਾ। ਆ ਜਿਹੜੀ, ਜਿਹੜਾ ਸਭ ਤੋਂ ਪਹਿਲੇ ਦਿਖਾਇਆ ਸੀ? ਨਹੀਂ ਨਹੀਂ, ਉਹ ਦੂਰਾ ਲੱਗਾ ਨਾ। ਅੱਛਾ ਅੱਛਾ ਅੱਛਾ, ਇਹਦਾ ਮਾਂ ਪਿਓ ਉਧਰ ਮੇਰੇ ਚਾਚੇ ਵਾਲ ਪਏ ਆ। ਅੱਛਾ ਅੱਛਾ, ਮਾਸ਼ਾਅੱਲਾ, ਬਗਲ ਵੀ ਬੜੀ ਅੱਛੀ, ਵੱਡੀ ਬਗਲ ਆ ਕਬੂਤਰ। ਤੇ ਇਹਦਾ ਨਾਂ ਹੋਰ ਕੋਈ ਦਿਖਾਓ ਸ਼ੋਕ। ਤੇ ਤੁਹਾਨੂੰ ਇਨਸ਼ਾਅੱਲਾ ਸ਼ੋਕ ਕਰਾਉਂਦੀ ਜਾਵਾਂ ਨਾਲ ਨਾਲ ਸਾਰੇ ਕਬੂਤਰਾਂ ਦਾ। ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਯਾਰ, ਤੇ ਅੱਗੇ ਦੋਸਤਾਂ ਨਾਲ ਸ਼ੇਅਰ ਵੀ ਕਰਿਆ ਕਰੋ। ਆ ਵੀ ਉਹੀ ਕਬੂਤਰ, ਜਿਹੜੀ ਕਬੂਤਰੀ ਦਿਖਾਈ ਤੁਹਾਨੂੰ, ਉਹਦਾ ਭਰਾ ਸਗਾ, ਜਿਹੜੀ ਦੂਸਰੇ ਟੀਰੀ ਕਬੂਤਰੀ। ਹਾਂ ਹਾਂ, ਟੀਰੀ ਕਬੂਤਰੀ ਦਾ ਸਗਾ ਭਰਾ ਆ। ਅੱਛਾ ਅੱਛਾ, ਇਹ ਬੱਚੇ ਚਿੱਟੀਆਂ ਖਾਂਦੇ ਕੱਢਦੇ, ਖੱਟੀਆਂ ਖਾਂਦੇ ਕੱਢਦੇ, ਇਹਦਾ ਮਾਂ ਪਿਓ ਡਿਫਰੈਂਟ ਡਿਫਰੈਂਟ ਮਾਰਦੇ। ਹਾਂਜੀ, ਇਹ ਰੰਗ ਰੰਗੇ ਹਰ ਵਰਾਇਟੀ ਦੇ ਵਿੱਚ ਕੱਢਦੇ। ਸਹੀ 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 ਸਹੀ, ਸਗੇ ਭੈਣ ਭਰਾ ਦੋਵੇਂ ਹੀ ਇਹ ਵੀ ਮੇਰੇ ਗਿੱਜਾ, ਵੀ ਮੇਰੇ ਗਿੱਜਾ ਸੀਗਾ। ਸਹੀ ਸਹੀ, ਤੇ ਡਾਕ ਇਹ ਅੱਖ ਚੱਕ ਰਿਹਾ ਉਸ ਚਿੱਟੀਆਂ ਅੱਖਾਂ ਦਾ ਜੀ, ਚਿੱਟੀ ਅੱਖ ਦਾ। ਅੱਛਾ ਜੀ, ਹੁਣ ਇਹਦੇ ਬਾਰੇ ਸਰ ਥੋੜੀ ਦੱਸੋ। ਇਹ ਬੱਚੇ ਲਾਏ ਆ, ਇਹ ਹੁਣ ਮੈਂ ਜੋੜਾ ਲਾਇਆ। ਹਾਂਜੀ ਹਾਂਜੀ, ਇਹ ਬੱਚੇ ਢੋਂਦਾ। ਸਹੀ ਸਹੀ ਸਹੀ, ਇਹ ਬੱਚੇ ਚੰਗੇ ਢੋਂਦਾ, ਮੈਂ ਬੱਚੇ ਦਿਨ ਕਰਾ ਕਰਾ ਕੇ ਨਾ ਪੂਰਾ ਦਿਨ ਕਰਾ ਕੱਟੇ ਹੋਏ ਨੇ। ਹਾਂਜੀ ਸਹੀ ਸਹੀ, ਹੁਣ ਪੱਟੇ ਹੋਏ ਨੂੰ ਜੇੜ ਦੀ ਗਾਂ ਦੜੇ ਹੁੰਦੇ ਸਾਡੇ ਉਡਾਉਣੇ ਹੁੰਦੇ। ਨਹੀਂ ਮਾਸ਼ਾਅੱਲਾ, ਅੱਛੇ ਕਬੂਤਰ ਆ। ਇਹਦੇ ਨਾਲ ਦੀ ਕੋਈ ਮਾਦੀ ਹੈ? ਇਹ ਨਰਾ ਨਰਾ, ਇਹਦੇ ਨਾਲ ਦੀ ਮਾਦੀ ਹੈ? ਹਾਂ, ਇਹਦੇ ਨਾਲ ਦੀ ਮਾਦੀ ਆ, ਇਹਦੇ ਨਾਲ ਦੀ ਮਾਦੀ। ਇਹ ਵੀ ਚੀਤੇ ਦੀ ਧੀ ਆ। ਆ ਵੀ ਚੀਤੇ ਦੀ, ਇਹਦੇ ਦੀ ਧੀ ਦੇ ਬਾਰ ਨਾਲ ਲੱਗੀ ਹੋਈ ਆ, ਹੱਬੀ ਦੀ ਪੱਟੀ। ਅੱਛਾ, ਹੱਬੀ ਦੀ। ਹਾਂਜੀ, ਟੀਰੀ ਹੈ ਕਿ ਇਹਦੀਆਂ ਖੱਟੀਆਂ ਖਾਂਦੀ, ਖੱਟੀਆਂ ਅੱਖਾਂ ਦੀ, ਖੱਟੀਆਂ ਅੱਖਾਂ ਦੀ। ਅੱਛਾ, ਉਹ ਕਰੋ ਜਨਾਬ, ਚੰਗੇ ਕਬੂਤਰ ਉੱਡਣਿਆਂ ਵਿੱਚ ਉੱਡੇ ਉਡਾਏ ਨਾ ਭੈਣ ਭਰਾ, ਚੰਗੇ ਚੰਗੇ ਸਾਰੇ, ਵੱਧ ਤੋਂ ਵੱਧ। ਆ ਇੰਡੀਆ ਵਾਲਾ ਕਬੂਤਰ ਆ, ਮੈਂ ਅੱਗੇ ਹੀ ਦੇਖਣ ਡਿਆ ਸੀਗਾ, ਆ ਕਬੂਤਰ ਇੰਡੀਆ ਦਾ। ਇਹਦੇ ਬਾਰੇ ਕਾਲਾ ਜਿੰਨਾ ਕਬੂਤਰ ਆ ਜੀ, ਖੱਟੀਆਂ ਅੱਖਾਂ ਦਾ, ਪੀਲੀਆਂ ਅੱਖਾਂ। ਹਾਂਜੀ, ਪੀਲੀਆਂ ਅੱਖਾਂ। ਇਹਦਾ ਬਲੱਡ ਚੈੱਕ ਕਰੋ ਉਸਤਾਦ ਜੀ, ਨੁਕਸਿਆਂ ਤੋਂ ਬਗੈਰ ਉੱਡਣ ਵਾਲਾ ਕਬੂਤਰ। ਬਿਲਕੁਲ, ਨੁਸਖਿਆਂ ਤੋਂ ਉੱਡਿਆ ਹੋਇਆ, ਸਾਡੇ ਮੈਂ ਦੜਾ ਹੀ ਨਹੀਂ ਪਾ ਛੱਡਿਆ ਸੀ ਇਹਨੂੰ, ਜਿਹੜੀਆਂ ਡਾਰਾਂ ਲਈਆਂ ਹੋਈਆਂ। ਬਹੁਤ ਅੱਛਾ ਮਾਸ਼ਾਅੱਲਾ ਕਬੂਤਰ ਹੀ। ਅੱਛਾ, ਅੱਗੇ ਮੈਂ ਫਿਰ ਤੇ ਦੇਖ ਲਿਆ ਜੀ, ਆੜੀਆਂ ਦੀਆਂ ਡਾਰਾਂ ਲਈਆਂ ਹੋਈਆਂ ਸੀ, ਹੁਣ ਕਬੂਤਰੀ ਪਾਉਣੀ, ਮੈਂ ਜੋੜਾ ਤੋੜ ਕੇ ਹੋਰ ਕਬੂਤਰੀ। ਅੱਛਾ ਅੱਛਾ, ਇਕੱਲਾ ਹੀ ਛੱਡਿਆ ਹੈ? ਇਕੱਲਾ ਛੱਡਿਆ, ਮੈਂ ਜੋੜਾ ਫਿਰ ਬੱਚਾ ਬਣਦਾ। ਤੇ ਉਹ ਦਿਖਾਓ ਦੂਸਰੇ ਦਾ ਥੋੜਾ। ਸ਼ੋ ਕਰੋ ਜਨਾਬ, ਡੱਬਾ ਕਬੂਤਰ ਆ ਇਹਦਾ ਪਿਓ, ਜਿਹੜਾ ਮਸ਼ਹੂਰ ਤਰੂ ਇੱਥੇ ਉੜਿਆ ਹੋਇਆ ਆ। ਸ਼ਾਮ ਤੱਕ ਉੱਡਿਆ ਕਬੂਤਰ, ਸ਼ਾਮ ਦੀ ਬਿਲਕੁਲ ਸ਼ਾਮ ਦੀ ਉੜੇ ਹੋਏ ਕਬੂਤਰ। ਵਾਹ ਜੀ, ਇਹ ਵੀ ਟੀਰਾ ਕਬੂਤਰ, ਖੱਟੀ ਗਾਲੀ ਗਾਲੀ ਦਾ। ਵਾਹ, ਕਿਆ ਬਾਤ ਹੈ ਜੀ, ਇਹਦੇ ਪੰਜੇ ਨਾ ਬਾਈ ਸ਼ੁਕਰ। ਇਹਦੇ ਪੰਜੇ ਕਾਲੇ ਪੰਜੇ ਆ, ਓਏ ਹੋਏ ਕਾਲੇ। ਬਲੱਡ ਜਿਹੜਾ ਨਾ ਬਹੁਤ ਪਰਵਾਜ਼ੀ ਹੁੰਦਾ, ਐਵੇਂ ਨੁਕਸਿਆਂ ਤੋਂ ਬਗੈਰ ਉੱਡਣ ਵਾਲਾ ਬਲੱਡ ਆ ਜਿਹੜਾ। ਇਹ ਜਿਹੜੇ ਕਬੂਤਰ ਰੱਖੇ ਮੇਰੇ ਸਾਰੇ ਚਾਚੇ ਦੇ ਘਰ ਦੇ ਨਸਲ ਦੇ ਕਬੂਤਰ। ਸਹੀ ਸਹੀ, ਉਹ ਜਿਹੜੇ ਪਤਲੇ ਪਤਲੇ ਕਬੂਤਰ ਸੀ ਉਹ ਦੇਖ। ਹਾਂਜੀ, ਇਹਦੇ ਨਾਲ ਦੀ ਮਾਦੀ ਦਿਖਾਓ ਜਰਾ, ਬੱਚਾ ਵੀ ਇਹਨਾਂ ਨੇ ਕੱਢਿਆ ਲੱਗਦਾ। ਆਹ ਮਾਦੀ ਨਾਲ, ਆਹ ਮਾਦੀ ਆ ਜੀ, ਇਹਦੇ ਪਿਓ ਦਾ ਨਾਂ ਸੀ ਗੁੱਲੂ।
ਗੁੱਲੂ ਗੁੱਲੂ ਦੇ ਪਿਓ ਦਾ ਨਾਂ ਸੀ, ਬੱਚਾ ਹੁੰਦਾ ਦੂਸਰੇ ਵਿੱਚ ਜੁੜਿਆ ਵੀਰੇ, ਸਹੀ ਸਹੀ ਦੂਸਰੇ ਦੇ ਵਿੱਚ ਜੁੜਿਆ, 5-6 ਵਜੇ ਘੱਟ ਗਿਆ ਸੀ, ਭੱਠੀ ਬਣੀ ਬਿਮਾਰ ਹੋ ਗਿਆ, ਝੋਲਾ ਹੋ ਗਿਆ, ਤੈਨੂੰ ਸਹੀ ਕੀਤਾ ਫਿਰ, ਫਿਰ ਨਹੀਂ ਗਾਂਢ ਆਇਆ। ਸਹੀ ਸਹੀ ਹਾਂਜੀ, ਖੱਟੀਆਂ ਅੱਖਾਂ ਕਾਲੇ ਲਾਲ ਚੀਨਾ ਇਹ ਭੱਠੀ ਕਬੂਤਰੀ ਆ, ਮਾਦੀ ਆ। ਹਾਂਜੀ, ਅਤੇ ਆਹ ਪੰਜੇ ਇਹਦਾ ਵੀ ਬਲੱਡ ਦਰਾਰ ਸ਼ਾਈਨ ਵੱਜੀ ਆ। ਇਹ ਕਿਹੜੇ ਘਰ ਦੀ ਹੈ ਵੀ? ਇਹ ਵੀ ਘਰ ਦੀ, ਗੁੱਲੂ ਕਬੂਤਰ ਸੀ ਇਹਦਾ ਪਿਓ, ਉਹ ਵੀ ਬਿਮਾਰੀ ਜਾ ਕੇ ਮਰ ਗਿਆ। ਅੱਛਾ, ਚਿੱਟੀਆਂ ਅੱਖਾਂ ਦੀ ਇਹਦੀ ਮਾਂ ਸੀ, ਉਹ ਵੀ ਬਿਮਾਰੀ ਜਾ ਕੇ ਪਿਛਲੇ 2-3 ਸਾਲ ਮਰ ਗਈ। ਸਹੀ ਸਹੀ, ਇਹਦੇ ਨਾਲ ਦੇ ਹੋਰ ਦਿਖਾਓ ਕਰਾਓ ਸ਼ੋਅ ਸਾਲ। ਤੁਹਾਨੂੰ ਐਂਡ ਦੇ ਇਹਨਾਂ ਦੇ ਸੈਗਮੈਂਟ ਦੇ ਵਿੱਚ ਜਾ ਜੁੜੇ ਜੁੜੇ ਵਿਊ ਕੈਮਰਾ ਮਾਰਾਂਗੇ ਇਨਸ਼ਾਅੱਲਾ। ਵੀਡੀਓ ਤੁਸੀਂ ਲਾਸਟ ਤੱਕ ਦੇਖਿਓ, ਹੋਰ ਵੀ ਤੁਹਾਨੂੰ ਅੱਛੇ ਅੱਛਾ ਇਹਨਾਂ ਸ਼ੌਕ ਸਾਰਾ ਦਿਖਾਉਂਦੇ ਹਾਂ ਜਨਾਬ। ਹਾਂ ਜਨਾਬ, ਚੈੱਕ ਕਰੋ ਸ਼ਾਖ ਆ, ਕਬੂਤਰ ਆ ਸ਼ਾਖ, ਮਸ਼ਕੇ ਬੱਚੇ ਬਹੁਤ ਉਡਾਉਂਦਾ ਜੀ, ਇਹ ਬਹੁਤ ਬੱਚੇ ਉਡਾਉਂਦਾ, ਇੰਤਹਾਈ ਬੱਚੇ ਉਡਾਉਂਦਾ, ਪੱਲੇ ਵੀ ਮਾਸ਼ਾਅੱਲਾ ਚੈੱਕ ਕਰੋ। ਇਹਦਾ ਬੱਚਾ ਉਹ ਵਧਿਆ ਛਤਰੀ ਦੇ, ਕੋਈ ਗਰੰਟੀ ਕਿ 2 ਦਿਨ ਬੰਨ ਕੇ ਡਾ, ਸਿਰਫ ਪ੍ਰਾਈਜ਼ ਦੇ ਕੇ ਡਾ ਲਓ ਇਹਨੂੰ, ਹਾਂਜੀ, ਮੋੜ ਕੇ ਨਹੀਂ ਨੱਠਦੇ, ਵਾਹ ਜੀ ਵਾਹ, ਮੋੜ ਕੇ ਸ਼ਾਮ ਸ਼ਾਮ ਦੇ ਘਰ ਉਡਾਂਗੇ ਇਹ ਬੱਚੇ। ਸ਼ਾਖ ਆ ਕਬੂਤਰ, ਬਲੱਡ ਇਹਦਾ, ਬਲੱਡ ਚੈੱਕ ਕਰਾਓ ਜੀ। ਮੈਂ ਚੈੱਕ ਕਰੋ ਜੀ ਨਾਲ, ਇਹਦੇ ਨਾਲ ਮਾਦੀ ਕਿਹੜੀ ਲਾਈ? ਮੈਂ ਚੈੱਕ ਕਰੋ ਉਸਤਾਦ ਜੀ, ਆਹ ਵੀਓ ਆ, ਅਤੇ ਛੱਤਰੀ ਵਗੈਰਾ ਇਹਨਾਂ ਨੇ ਲਾਈ ਹੋਈ ਆ, ਅਤੇ ਉੱਪਰ ਵੀ ਛੱਤਰੀ ਆ, ਸਾਈਡਾਂ ਦਾ ਏਰੀਆ ਦਿਖਾਉਣਾ। ਆਹ ਚੈੱਕ ਕਰੋ ਜਰਾ ਜਨਾਬ, ਦੂਸਰਾ ਇਹਦੇ ਨਾਲ ਦੀ ਮਾਦੀ ਆ, ਕਬੂਤਰੀ ਆ ਜੀ ਉਹਦੇ ਨਾਲ। ਅੱਛਾ ਅੱਛਾ, ਇਹ ਵੀ ਘਰ ਦੀ, ਆਪਣੀ ਘਰ ਦੇ ਜੋੜੇ ਪੱਠੀਆਂ ਪੱਠੀਆਂ ਜੀ, ਆਹ ਜਿਹੜੀ ਵੀ। ਹਾਂਜੀ ਸਹੀ ਸਹੀ ਸਹੀ, ਕਿਆ ਬਾਤ ਹੈ ਜੀ, ਇਹਦੇ ਪਰ ਖਲੋ ਕੇ ਚੱਕਰ। ਇਹ ਆ ਵੀ ਘਰ ਉੱਡੀ ਵੀ ਡਾਲ, ਇਹ ਵੀ ਉੱਡੀ ਹੋਈ ਕਬੂਤਰੀ ਆ ਜੀ, ਸਾਰੇ ਕਬੂਤਰੇ ਉੱਡੇ, ਕਾਟੇ ਮੈਂ ਸਾਰੇ। ਅੱਛਾ, ਤੇ ਦੜੇ ਵਗੈਰਾ ਖੇਡਦੇ ਆ ਬਾਜ਼ੀਆਂ? ਦੜੇ ਵਗੈਰਾ ਇੱਥੇ ਸਾਡੇ ਦੜੇ ਹੁੰਦੇ, ਦੜੇ ਹੁੰਦੇ, ਬਾਜ਼ੀਆਂ ਘੱਟ ਹੀ ਲੱਗਦੀਆਂ, ਬਾਜ਼ੀਆਂ ਘੱਟ ਹੀ ਲੱਗਦੀਆਂ। ਹਾਂ ਸਹੀ, ਦੜੇ ਸਾਡੇ ਹੋਏ 3 ਦੜੇ ਆ ਜੀ, 2 ਦੂਸਰੇ ਦੇ ਨਾਲ, ਪਹਿਲਾ ਦੜਾ ਆ ਤੀਸਰਾ ਦੜਾ। ਏਰੀਆ ਵੀ ਕਮਰਸ਼ੀਅਲ ਹੀ ਹੈ ਨਾ, ਤਾਂ ਕਮਰਸ਼ੀਅਲ ਹੀ ਆ, ਇੱਥੇ ਕਬੂਤਰ ਹੋਏ ਆ 14-15 ਪੱਕੇ ਹੋ ਗਏ, 15 ਕਬੂਤਰ ਹੋ ਗਏ, ਇਹਨਾਂ ਤੀਸਰੇ ਦਿਨ ਦੜਾ, ਇਹ 2 ਤੀਸਰੇ ਦਿਨ ਦੜਾ ਹੈ। ਹਾਂ ਸਹੀ ਸਹੀ, ਆ ਪੰਜੀਆਂ ਦਾ ਬਲੱਡ ਚੈੱਕ ਕਰੋ ਜਨਾਬ, ਤੇ ਆਪਣਾ ਦੂਹ ਇਹਦੇ ਨਾਲ, ਇਹ ਉਹ ਕਬੂਤਰ ਦੇ ਨਾਲ, ਕਬੂਤਰ ਦੇ ਨਾਲ। ਸਹੀ ਸਹੀ, ਅਤੇ ਇਹਨਾਂ ਦਾ ਜਨਾਬ ਮੇਨ ਕਬੂਤਰ ਆ ਜੋ ਤੁਹਾਨੂੰ ਸ਼ੋਅ ਕਰਾਉਣ ਡੇ ਆ, ਅਤੇ ਹੋਰ ਤੁਹਾਨੂੰ ਦਿਖਾਉਂਦੇ ਹਾਂ, ਉਹੀ ਆ ਜੋੜੇ ਸੀ। ਅਤੇ ਇੱਧਰ ਆਓ ਉਸਤਾਦ ਜੀ, ਤੁਸੀਂ ਵੀ ਇੱਧਰ ਆਇਆ, ਅਤੇ ਉਸਤਾਦ ਜੀ ਇਹਨਾਂ ਦੇ ਬਾਰੇ 'ਚ ਕੋਈ ਦੱਸੋ ਕਿ ਇਸ ਤਰ੍ਹਾਂ ਐਸਕੀ ਬਾਜ਼ੀਆਂ ਵਗੈਰਾ ਤੁਸੀਂ ਖੇਡਣੀਆਂ ਕਿ ਸਿਰਫ ਦੜੇ ਖੇਡ ਰਹੇ ਆ? ਨਹੀਂ, ਇੱਥੇ ਸਾਡੇ ਬਾਜ਼ੀਆਂ ਘੱਟ ਉੱਡਦੀਆਂ। ਅੱਛਾ ਅੱਛਾ, ਬਾਜ਼ੀਆਂ ਬਹੁਤ ਘੱਟ ਉੱਡਦੀਆਂ, ਸਾਡੇ ਉੱਡਦੇ ਦੜੇ। ਸਹੀ ਸਹੀ, ਸਾਡੇ ਹੁਣ ਦੜੇ ਉੱਡਣੇ ਆ, ਪਹਿਲਾ ਦੜਾ ਆ, 5000 ਰੁਪਏ ਐਂਟਰੀ, 15 ਕਬੂਤਰ ਪੱਕੇ ਹੋ ਗਏ। ਸਹੀ ਸਹੀ, ਉਹ ਦੜਿਆਂ ਵਿੱਚ ਕਬੂਤਰ ਖਾਂਦੇ ਆ। ਸਹੀ ਸਹੀ, ਅਤੇ ਇਹ ਦੜਿਆਂ ਦੇ ਵਿੱਚ ਪੱਕੇ ਕਰਨੇ? ਹਾਂਜੀ, ਦੜਿਆਂ ਵਿੱਚ। ਸਹੀ ਸਹੀ, ਅਤੇ ਮਾਸ਼ਾਅੱਲਾ ਤੁਹਾਡੇ ਜੋੜੇ ਵਗੈਰਾ ਮਾਸ਼ਾਅੱਲਾ ਅੱਛੇ ਲੱਗੇ ਹੋਏ ਆ, ਰਿਜ਼ਲਟ ਵਾਲੇ ਵਾਲਾ ਹੱਥੀ ਫੜੇ ਪਤਾ ਚੱਲ ਜਾਂਦਾ ਰਿਜ਼ਲਟ, ਬੱਚੇ ਉਡਾਉਂਦੇ ਹੇਡਾਂ ਦੇ ਤਦੇ ਰੱਖੇ ਗਏ। ਸਹੀ ਸਹੀ, ਨਹੀਂ ਨਹੀਂ ਅੱਛੀ ਗੱਲ ਆ, ਨਹੀਂ ਤਾਂ ਲਗਾ ਉਹਨਾਂ ਦਾ। ਸਹੀ ਸਹੀ, ਵੀ ਬਹੁਤ ਚੰਗੇ ਸੀ ਉਹਨਾਂ, ਤਾਂ ਨਹੀਂ ਸੀ ਲੱਗਾ, ਬਸ ਇਸ ਮਸਲੇ ਤੋਂ ਦੇ ਤੇ ਜਨਾਬ ਦੂਸਰਾ ਘਰ ਰਿਜ਼ਲਟ ਵਾਲੇ ਕਬੂਤਰ ਆ। ਕਿਉਂ ਉਸਤਾਦ ਜੀ, ਕੋਈ ਨਹੀਂ ਇਨਸ਼ਾਅੱਲਾ। ਆਹ ਕਬੂਤਰ ਦੀ ਉਸਤਾਦ ਜੀ ਬੜੀ ਖਾਸ ਹੈ, ਇਹਦਾ ਕਬੂਤਰ ਹੈ ਬਹੁਤ ਨਸਲੀ ਕਬੂਤਰ। ਇਹਦਾ ਮਾਦੀ ਕਿਹੜੀ ਲਾਉਣੀ ਆ? ਆਹ ਜਨਾਬ ਚੈੱਕ ਕਰੋ, ਇੰਡੀਅਨ ਕਬੂਤਰ ਉਸਤਾਦ ਜੀ। ਇਹ ਕਿਤੋਂ ਆਇਆ ਸੀਗਾ ਕਿ ਚਾਚੀ ਵੱਲੋਂ ਆਇਆ ਸੀ? ਇੰਡੀਅਨ ਨਸਲ ਦੇ ਵਿੱਚੋਂ ਆ ਉਸਤਾਦ, ਬੱਚੇ ਦਾ ਸ਼ੋਕ ਕਰੋ। ਤੇ ਤੁਹਾਨੂੰ ਆ ਖੋਲੀ ਯਾਰ ਇਹਨੂੰ। ਅੱਛਾ ਸ਼ਾਖ ਦੇ ਨਾਲ ਕਬੂਤਰ ਕਦੋਂ ਉਡਾਉਣੇ ਆ? ਅੱਛਾ ਇਹੜੇ ਬਾਈ ਚ ਉਡਾਉਣੇ, ਉਡਾਉਣੇ ਬਾਦੀ ਚ? ਹਾਂਜੀ, ਆ ਉਡਣ ਵਾਲੇ ਇਦੋਂ ਤੀਸਰੇ ਦਿਨ ਨਾਲ ਦੇ ਵੀ ਬੱਚੇ ਦੇ ਵੀ ਉਡਾਉਣੇ। ਅਤੇ ਆ ਵੀ ਜਨਾਬ ਤੁਹਾਨੂੰ ਇਹਨਾਂ ਛੱਤੀ ਦੇ ਬੱਚੇ ਬੁੱਚੇ ਬੰਨੇ ਆ, ਅਤੇ ਟ੍ਰੇਨਿੰਗ ਵਾਸਤੇ ਹਾਲੇ ਤਾਂ ਉਹ ਬਾਰਿਸ਼ਾਂ ਦੀ ਵਜ੍ਹਾ। ਅੱਛਾ ਦੂਸਰਾ ਦਿਨ ਹੀ ਆ? ਹਾਂ ਚੈੱਕ ਕਰ ਲਓ ਬਾਈ, ਉਹ ਨਾਲ ਪਰ ਵੀ ਛੱਡ। ਹਾਂ ਕਬੂਤਰ ਤਿੰਨ ਕਿਸੇ ਦੇ ਉੱਡਣ ਡੇ,
ਅੱਛਾ ਤੇ ਨੀਵੀਂ ਦਾ ਜ਼ਿਆਦਾ ਸ਼ੌਕ ਹੈ ਜਾਂ ਉੱਚੀ ਦਾ? ਇੱਧਰ ਨੀਵੀਂ ਦਾ ਜ਼ਿਆਦਾ ਸ਼ੌਕ ਨੀਵੀਂ ਦਾ ਐਨੂੰ ਦੱਸੀ ਮੱਖਣ ਮੈਂ ਹਰਾਇਆ ਨਹੀਂ ਪਿਛਲੇ ਸੀ ਉਹ ਜਵਾਲਾ ਨੂੰ ਹਰਾਇਆ ਉਹ ਬੜਾ ਜਵਾਲਾ ਐਨੂੰ ਪੁੱਛ ਕੇ ਦੇਖ ਲੈ ਯਾਰ ਕਿਨਾਂ ਨੂੰ ਬਿੱਲੂ ਉਹ ਬਿੱਲੂ ਹੋਣਾ ਕਹਿੰਦਾ ਹਰਦੇ ਨਹੀਂ ਕਿਸੇ ਕੋਲ ਯਾਰ ਉਹ ਬਿੱਲੂ ਉੱਤੇ ਹੀ ਆ ਨਾ ਉੱਤੇ ਹੀ ਹੋਣਾ ਚੜ੍ਹੇ ਉੱਤੇ।